ਕੋਠੀਆਂ ਮਕਾਨਾਂ ਦੀ ਹਰ ਰੋਜ਼ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਵਾਲ ਤੇ ਸਟਾਰ ਕਰਕੇ ਜਰੂਰ ਕਲਿੱਕ ਕਰੋ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲੇ ਪਹੁੰਚ ਸਕੇ ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਮੇਰੀਆਂ ਭੈਣਾਂ ਮੇਰੀਆਂ ਮਾਤਾ-ਮਾਪ ਮੇਰੇ ਵੱਡੇ ਬਜ਼ੁਰਗ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਤੁਹਾਡਾ ਸਵਾਗਤ ਹੈ ਇੱਕ ਵਾਰ ਫਿਰ ਤੋਂ ਤੁਹਾਡੇ ਆਪ ਦੇ ਆਪਣੇ ਚੈਨਲ ਦੇ ਵਿੱਚ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਤੁਸੀਂ ਵੀ ਐਡ ਕਰਾਉਣੀ ਆ ਆਪਦੀ ਕੋਠੀ ਦੀ ਮਕਾਨ ਦੀ ਘਰ ਦੀ ਕਿਸੇ ਵੀ ਏਰੀਆ ਚ ਬਣੀ ਹੋਈ ਆ ਪਿੰਡ ਜਾਂ ਸ਼ਹਿਰ ਚ ਆਪਣੇ ਕੋਲੇ ਇੱਕ ਵਧੀ ਆਪਣਾ WhatsApp ਨੰਬਰ ਚੈਨਲ ਦੇ ਉੱਪਰ ਵਾਰ-ਵਾਰ ਚੱਲਦਾ ਰਹਿੰਦਾ ਹੈ 71800 ਪੂਰਾ 26173 ਕੋਈ ਫੀਸ ਨਹੀਂ ਹੈਗੀ ਕੋਈ ਖਰਚਾ ਨਹੀਂ ਜਮਾ ਫਰੀ ਦੇ ਵਿੱਚ ਆਪਣਾ ਸਾਰਾ ਕੰਮ ਹੁਣ ਆਪਾਂ ਕਰਦੇ ਹਾਂ ਜੀ ਆਪਣੇ ਮਕਾਨ ਦੀ ਗੱਲਬਾਤ ਜਿਹੜਾ ਆਪਣੇ ਕੋਲੇ ਪਹੁੰਚਾਗਾ ਕੋਠੀ ਵਾਂਗੂ ਬਣਿਆ ਹੋਇਆ ਵਧੀਆ ਬਣਿਆ ਹੋਇਆ ਤੇ ਸਾਰੇ ਹੀ ਪੂਰਾ ਵਧੀਆਗਾ ਬਾਕੀ ਵੀਡੀਓ ਆਪਾਂ ਸਾਰੀ ਦੇਖਦੇ ਹਾਂ ਸਾਰਾ ਕੁਝ ਤੁਹਾਨੂੰ ਮੈਂ ਦੱਸਦਾ ਮੇਨ ਗੇਟ ਬਹੁਤ ਵਧੀਆ ਲੱਗਿਆ ਹੋਇਆ ਕੋਈ ਵੀ ਗੱਡੀ ਆਪਣੇ ਕੋਲੇ ਅੰਦਰ ਮਕਾਨ ਦੇ ਲੱਗ ਜਾਂਦੀ ਹੈ ਪੋਰਚ ਵਧੀਆ ਬਣਿਆ ਹੋਇਆ ਬਾਹਰਲੀ ਸਾਈਡ ਤੁਸੀਂ ਦੇਖ ਲਓ ਮੈਨਗੇਟ ਤੇ ਆ ਗਿਆ ਜੀ ਲੌਬੀ ਦਾ ਗੇਟ ਅੰਦਰ ਆਪਾਂ ਨੂੰ ਬਾਥਰੂਮ ਫਲੈਸ਼ ਮਿਲ ਜੂਗੀ ਕਿਚਨ ਮਿਲ ਜੂਗਾ ਦੋ ਕਮਰੇ ਮਿਲ ਜਾਣਗੇ ਤੇ ਬਾਹਰਲੀ ਸਾਈਡ ਇੱਕ ਬੈਠਕ ਬਣੀ ਹੋਈ ਆ ਜਗ੍ਹਾ ਆਪਾਂ ਨੂੰ ਟੋਟਲ ਸਾਰਾ ਮਕਾਨ ਜਿਹੜਾ 4 ਮਰਲੇ ਜਗ੍ਹਾ ਦੇ ਵਿੱਚ ਬਣਿਆ ਹੋਇਆ ਤੇ ਮਕਾਨ ਦੇ ਵਿੱਚ ਆਪਾਂ ਨੂੰ ਦੋ ਬੈਡਰੂਮ ਤੇ ਇੱਕ ਲੌਬੀ ਇੱਕ ਕਿਚਨ ਤੇ ਦੋ ਬਾਥਰੂਮ ਮਿਲਣਗੇ ਜੀ ਇੱਕ ਬਾਹਰਲੀ ਸਾਈਡ ਇੱਕ ਲੌਬੀ ਚ ਗੱਡੀ ਵਾਸਤੇ ਜਗ੍ਹਾ ਵੀ ਹੈਗੀ ਆ ਰੇਟ ਆ ਸਿਰਫ 14 ਲੱਖ ਰੁਪਈਆ ਬਾਕੀ ਮਾਲਕ ਕਹਿੰਦੇ ਆ ਕੋਈ ਫਿਕਸ ਰੇਟ ਨਹੀਂ ਹੈਗਾ ਹਾਂ ਬਹਿ ਕੇ ਗੱਲਬਾਤ ਕਰ ਲਾਂਗੇ ਕੋਈ ਗੱਲ ਨਹੀਂ ਤੇ ਆਪਣੇ ਕੋਲੇ ਇਹ ਮਕਾਨ ਬਟਾਲੇ ਏਰੀਏ ਚੋਂ ਪਹੁੰਚੇਗਾ ਬਟਾਲਾ ਮਾਲਕ ਦਾ ਏਰੀਆ ਜਾ ਕੇ ਦੇਖਣੋ ਵਿੱਚ ਜਾ ਕੇ ਦੇਖ ਲਿਓ ਕਿ ਮਰਜ਼ੀ ਚੈੱਕ ਕਰ ਲਿਓ ਮਾਲਕ ਕਹਿੰਦੇ ਆ ਆ ਕੇ ਦੇਖ ਲਿਓ ਤੇ ਕੋਈ ਮਤਲਬ ਕਿ ਨਾ ਤਾਂ ਕੋਈ ਕਮੀ ਪੇਸ਼ੀ ਆ ਮਕਾਨ 'ਚ ਨਾ ਕੋਈ ਹੋਰ ਤੇ ਵਧੀਆ ਮਕਾਨ ਹੈ 4 ਮਰਲੇ ਜਗ੍ਹਾ 2 ਬੈਡਰੂਮ ਤੇ ਬਾਹਰਲੀ ਸਾਈਡ ਬੈਠਕ ਲ lobby ਆ ਕੁਛ ਬਣਿਆ ਹੋਇਆ ਤੇ ਓਨਰ ਦਾ ਜਿਹੜਾ ਨੰਬਰ ਹੈ ਸਕਰੀਨ ਤੇ ਆਪਾਂ ਦੇ ਰੱਖਿਆ 62 842 21562 ਆ ਮਾਲਕ ਦਾ ਸਿੱਧਾ ਨੰਬਰ ਹੈ ਸਿੱਧੀ ਮਾਲਕ ਨਾਲ ਤੁਹਾਡੀ ਗੱਲ ਹੋਊਗੀ ਤੇ ਸਿੱਧੀ ਮਾਲਕ ਨਾਲ ਗੱਲ ਕਰਕੇ ਤੁਸੀਂ ਮਕਾਨ ਜਿਹੜਾ ਹਾ ਤੁਸੀਂ ਖਰੀਦ ਸਕਦੇ ਹੋ ਜੀ ਨਾ ਕਿ ਤੁਹਾਡੀ ਸਾਰਿਆਂ ਦੀ ਫਰਮਾਇਸ਼ ਤੇ ਆਪਾਂ ਹ ਮਕਾਨ ਲੈ ਕੇ ਪਹੁੰਚੇ ਹਾਂ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਬਹੁਤ ਸਾਰੇ ਕਮੈਂਟ ਆਪਣੇ ਕੋਲੇ ਘੱਟ ਰੇਟ ਦੇ ਮਕਾਨ ਵਾਸਤੇ ਹੀ ਆਉਂਦੇ ਹੁੰਦੇ ਆ ਜੀ ਕਿਉਂਕਿ ਕਈ ਮਰੀਆਂ ਭੈਣਾ ਮੇਰੇ ਮਾਤਾਵਾ ਮੇਰੇ ਵੱਡੇ ਬਜ਼ੁਰਗ ਕਹਿੰਦੇ ਹੁੰਦੇ ਵੀ ਅਸੀਂ ਕਿਰਾਏ ਦੇ ਮਕਾਨਾਂ ਤੇ ਜਾਂ ਕਿਰਾਏ ਦੇ ਕਮਰੇ ਤੇ ਰਹਿਨੇ ਆ ਸਾਨੂੰ ਮਕਾਨ ਦੀ ਸਖਤ ਜ਼ਰੂਰਤ ਹੈ ਤੇ ਬਜਟ ਵੀ ਘੱਟ ਹੁੰਦਾ ਜੀ ਉਹਨਾਂ ਦਾ ਤੇ ਤੁਹਾਡੀ ਫਰਮੈਸ ਤੇ ਹੀ ਆ ਬਾਕੀ ਤੁਸੀਂ ਦੇਖੋ ਗੱਲਬਾਤ ਕਰੋ ਤੇ ਜਾ ਕੇ ਦੇਖੋ ਤੇ ਖਰੀਦੋ ਜੀ ਬਾਕੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜ਼ਰੂਰ ਦੱਸੋ ਮੈਨੂੰ ਕਮੈਂਟ ਕਰਕੇ ਇੱਕ ਮੈਂ ਬੇਨਤੀ ਕਰੂਗਾ ਜੀ ਜਦੋਂ ਤੁਸੀਂ ਕੋਈ ਵੀ ਮਕਾਨ ਜਾਂ ਕੋਠੀ ਜਾਂ ਕੁਝ ਵੀ ਭੇਜ ਦੂੰ ਤਾਂ ਜਿਹੜੀ ਵੀਡੀਓ ਬਣਾ ਕੇ ਭੇਜ ਦੂੰ ਉਹ ਬਿਲਕੁਲ ਆਰਾਮ ਨਾਲ ਪੂਰੀ ਵਧੀਆ ਬਣਾ ਕੇ ਭੇਜਿਆ ਕਰੋ ਵੀਡੀਓ ਜਦੋਂ ਬਣਾਉਣੇ ਹੋ ਤਾਂ ਇੱਕ ਨਾ ਫੋਨ ਨੂੰ ਟੇਡਾ ਕਰਕੇ ਰੱਖਿਆ ਕਰੋ ਸਾਰੀ ਤੇ ਸਾਰੀ ਵੀਡੀਓ ਜਿਹੜੀ ਬਣਾਉਣੇ ਹੋ ਫੋਨ ਨੂੰ ਟੇਡਾ ਰੱਖ ਕੇ ਬਣਾਇਆ ਕਰੋ ਤੇ ਫੋਨ ਨੂੰ ਜ਼ਿਆਦਾ ਹਿਲਾਇਆ ਨਾ ਕਰੋ ਜੀ ਵਧੀਆ ਸਮੂਤ ਵਧੀਆ ਟਿਕਾ ਕੇ ਵੀਡੀਓ ਬਣਾਇਆ ਕਰੋ ਤੇ ਸਾਰੀ ਜਾਣਕਾਰੀ ਲਾਜ਼ਮੀ ਭੇਜ ਦਿਆ ਕਰੋ ਤੇ ਜਲਦੀ ਤੋਂ ਜਲਦੀ ਤੁਹਾਡੀ ਐਡ ਲਗਾ ਦਾਂਗੇ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਵੇਚਣ ਵਾਸਤੇ ਹੈ ਕੁਝ ਵੀ ਆਪਣੇ ਕੋਲੇ ਭੇਜੋ ਜੀ ਤੇ ਲੱਗ ਜੂਗੀ ਐਡ ਤੁਹਾਡੀ ਤੇ ਬਾਕੀ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਉਮੀਦ ਕਰਦਾ ਵੀਡੀਓ ਤੁਹਾਨੂੰ ਪਸੰਦ ਆਈ ਹੋਊਗੀ ਪਸੰਦ ਆਈ ਤਾਂ ਸਾਰੇ ਜਣ ਮਿਲ ਕੇ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਤੇ ਮਿਲਦੇ ਆ ਜੀ ਜਲਦੀ ਇਸ ਤਰ੍ਹਾਂ ਦੀ ਇੱਕ ਹੋਰ ਨਵੀਂ ਵੀਡੀਓ ਨਵੇਂ ਕੋਠੀ ਮਕਾਨ ਘਰ ਦੇ ਨਾਲ ਆਪਾਂ